ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਗੱਲ ਕਰਗੇ ਪੰਜਾਬ ਦੇ ਸੰਕਟ ਵਿੱਚ ਤੇ ਪੰਜਾਬ ਦੇ ਸੰਕਟ ਦੀ ਜਦੋਂ ਗੱਲ ਕੀਤੀ ਜਾਂਦੀ ਆ ਤੇ ਉਹਦੇ ਵਿੱਚ ਨੌਜਵਾਨਾਂ ਦਾ ਰੋਲ ਜਿਹੜਾ ਨਾ ਉਸ ਪੱਖ ਨੂੰ ਹੀ ਉਭਾਰਿਆ ਜਾਂਦਾ ਔਰ ਕੀ ਕਿਹਾ ਜਾਂਦਾ ਕਿ ਸਾਡੇ ਨੌਜਵਾਨਾਂ ਨੂੰ ਠੀਕ ਹੈ ਇੱਕ ਧਾਰਮਿਕ ਪੱਖ ਹੈਗਾ ਇੱਕ ਕਲਚਰਲ ਪੱਖ ਹੈਗਾ ਲੇਕਿਨ ਇੱਕ ਉਹਦਾ ਆਰਥਿਕ ਪੱਖ ਵੀ ਹੈਗਾ ਆ ਇਹ ਸਾਡੇ ਨੌਜਵਾਨਾਂ ਨੂੰ ਗਲੋਬਲ ਮੌਕੇ ਨਹੀਂ ਮਿਲਦੇ ਅਗਾਵ ਵਦਨ ਦੇ ਤਰੱਕੀ ਦੇ ਮੌਕੇ ਨਹੀਂ ਮਿਲਦੇ ਹੁਣ ਵੀ ਜਦੋਂ ਆਪਾਂ ਇਹ ਗੱਲ ਕਹਿੰਦੇ ਪੇ ਸੰਸਾਰ ਇੱਕ ਛੋਟਾ ਜਿਹਾ ਪਿੰਡ ਬਣ ਗਿਆ ਆ ਤੇ ਗਲੋਬਲ ਅਪਰਚੂਨਿਟੀਆਂ ਵੀ ਅਵੇਲ ਹੋ ਗਈਆਂ ਆ ਸੰਸਾਰ ਪੱਧਰ ਤੇ ਕੈਨੇਡਾ ਅਮਰੀਕਾ ਬਾਹਰਲੇ ਯੂਰਪ ਵਿੱਚ ਕਿੰਨੀਆਂ ਅਪਰਚੂਨਿਟੀਆਂ ਸਾਡੇ ਨੌਜਵਾਨਾਂ ਕੋ ਕਿੰਨੇ ਉਹ ਮੌਕੇ ਦਾ ਫਾਇਦਾ ਚੁੱਕ ਰਹੇ ਆ ਲekin سوال ਇਹ ਉਹ ਕਿਹੜੇ ਬੰਦੇ ਫਾਇਦਾ ਚੁੱਕਦੇ ਆ ਤੇ ਕਿਹੜੇ ਵਿਚਾਰੇ ਵਾਂਝੇ ਰਹਿ ਜਾਂਦੇ ਆ ਔਰ ਕਿਉਂ ਵਾਂਝੇ ਰਹਿੰਦੇ ਆ ਜਿਹੜੇ ਫਾਇਦਾ ਚੁੱਕਦੇ ਆ ਤੇ ਕਿਉਂ ਫਾਇਦਾ ਚੁੱਕਦੇ ਆ ਤੇ ਜਿਹੜੇ ਵਾਂਝੇ ਰਹਿ ਜਾਂਦੇ ਕਿਉਂ ਵਾਂਝੇ ਰਹਿ ਜਾਂਦੇ ਆ ਸਾਡੇ ਪਿੰਡਾਂ ਦੇ ਬੱਚਿਆਂ ਦੇ ਵਿੱਚ ਵੀ ਰੂਹ ਹਾਲਤ ਇਹ ਆ ਵੀ ਉਹ ਜਿਹੜਾ ਸ਼ਹਿਰ ਦਾ ਮੁਕਾਬਲੇ ਨਾਲ ਸ਼ਹਿਰੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ এডਿਕੇਸ਼ਨ ਦੇ ਮੁਕਾਬਲੇ ਫੀਲਡ ਵਿੱਚ ਮੈਂ ਗੱਲ ਕਰ ਰਿਹਾ ਐਜੂਕੇਸ਼ਨ ਕਿਉਂਕਿ ਪਿੰਡਾਂ ਦਾ ਜਿਹੜਾ ਵਿਦਿਅਕ ਢਾਂਚਾ ਟੈ ਟੇਰੀ ਹੋ ਚੁੱਕਾ ਆ 24 ਸਾਲ ਸਰਵਿਸ ਕਰਨ ਤੋਂ ਬਾਅਦ ਮੈਂ ਇਹ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿੰਦਾ ਆ ਸਰਕਾਰੀ ਹਾਈ ਸਕੂਲ ਓਟ ਮੁਹੰਮਦ ਖਾਨ ਦੇ ਗੱਲ ਕਰ ਲੋ ਦਸਵੀਂ ਦੇ ਬੱਚੇ ਕੀ ਹਾਲ ਆ ਨਗਰ ਰੋਕ ਕੇ ਵਿਖਾਓ ਜੇ ਰੋਕ ਸਕਦੇ ਜਿੱਤੇ ਜਾਓ ਕੈਮਰੇ ਲਵਾਓ ਫਿਰ ਪਤਾ ਲੱਗੂ ਇਹ ਪਟਨੇ ਟ ਮਾੜੇ ਹਾਲਾਤ ਆ ਇੱਥੇ ਹੁਣ ਗਲੋਬਲ ਅਪਰਚੂਨਿਟੀਆਂ ਦਾ ਫਾਇਦਾ ਉਦੋਂ ਹੀ ਚੁੱਕਿਆ ਜਾਊਗਾ ਜਦੋਂ ਇੱਥੇ आरटीई लागू ਕੀਤਾ ਜਾਊਗਾ রাইਟ ਟੂ এডਿਕੇਸ਼ਨ ਐਕਟ ਉਹ ਰਾਈਟ ਟੂ ਆਰਟੀਈ ਸਿੱਖਿਆ ਦਾ ਅਧਿਕਾਰ ਬੱਚਿਆਂ ਦੇ ਸਿੱਖਿਆ ਦਾ ਅਧਿਕਾਰ ਉਹ ਪੜ੍ਹ ਕੇ ਵੇਖੋ ਉਹ ਕੀ ਕਹਿੰਦਾ ਆ ਬੱਚਿਆਂ ਨੂੰ ਕਹਿੰਦੇ ਨੇ ਨਾ ਫਿਜ਼ੀਕਲ ਮਾਈਂਡ ਇਨ ਫਿਜ਼ੀਕਲ ਬ੍ਰੇਨ ਉਹ ਜੋ ਗਿਆ ਕਹਿ ਜਾਂਦਾ ਨਾ ਜੋ ਵੀ ਇੱਕ ਤੰਦਰੁਸਤ ਬ੍ਰੇਨ ਜਿਹੜਾ ਨਾ ਉਹ ਤੰਦਰੁਸਤ ਹੈਲਥ ਵਿੱਚ ਹੀ ਹੋ ਸਕਦਾ ਆ ਠੀਕ ਹੈ ਨਾ ਇਸ ਕਰਕੇ ਵੀਰੋ ਆਰਟੀਈ ਨੂੰ ਲਾਗੂ ਕਰਨਾ ਸਾਡੇ ਬੱਚੇ ਗਲੋਬਲ ਚਾਰਟ ਅਪੋਰਚ्युनिटी ਦਾ ਜਿਹੜੇ ਫਾਇਦਾ ਚੁੱਕਣ ਤੋਂ ਵਾਂਝੇ ਰਹਿ ਜਾਂਦੇ ਆ ਕੈਨੇਡਾ ਅਮਰੀਕਾ ਜਿਨ੍ਹਾਂ ਦੇ ਪਹੁੰਚ ਗਏ ਉਹਨਾਂ ਨੂੰ ਵਧਾਈਆਂ ਤੇ ਜਿਨ੍ਹਾਂ ਦੇ ਪਿਰੋ ਅੱਗ ਲੱਗੀ ਆ ਨਾ ਪਿੰਡਾਂ ਥਾਵਾਂ ਤੇ ਜਿਹੜੇ ਬੱਚੇ ਸਾਡੇ ਵਾਂਝੇ ਆ ਤੇ ਉਹ ਮੁੜ ਕੇ ਕੱਲ ਨੂੰ ਇਹਨਾਂ ਕਹਿੰਦੇ ਫਿਰ ਨੀਕ ਸਰਕਾਰੀ ਤੇ ਕੰਮ ਨਕੰਮੇ ਫਿਰ ਕਹਿਣਗੇ ਖਾੜਕੂ ਜੰਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ